श्री शिव मंदिर प्रबंधक कमेटी रजिस्टर बागा पुराना समूह शहर निवासी NRI वीरां दे सहयोग नाल 15वां विशाल लंगर मिति 24 जुलाई तो 5 अगस्त तक श्री शिव मंदिर धर्मशाला मोगा रोड बागा पुराना विखे बड़ी ही श्रद्धा नाल लगाया जा रहा है। बीते दिन ही माता रानी दे आशीर्वाद सदका 15वें विशाल लंगर की शुरुआत हुई। यह लंगर धार्मिक स्थानों ते आउण जाण वाले श्रद्धालुओं लई लगाया गया है, जिस विच तीनों टाइम सुबह का ब्रेकफास्ट, दोपहर का लंच और रात का डिनर मिलेगा। इत्थे विशेष तौर पर यात्रियों को रात रहन की सहूलत भी दी गई है। साड़ी टीम ने श्री शिव मंदिर प्रबंधक कमेटी रजिस्टर बागा पुराना के मैंबरस नाल गलबात की, जिन्हां ने सानू इस 15वें विशाल लंगर बारे विस्तार नाल जानकारी दी। आओ नज़र मारते हाँ इस दीआं झलकियां ते। आज तुम्हारे भक्त जनों पे आए क्यों, जिस पे तुम्हारा हाथ है वो दुख पाए क्यों। आज तुम्हारे भक्त जनों पे आए क्यों, जिस पे तुम्हारा हाथ है वो दुख पाए क्यों, जिस पे तुम्हारा हाथ है वो दुख पाए तर जाते हैं, एक ही पल में दुख सभी हर जाते हैं। हो जहाँ जलाए आशा की तू ज्योति माँ, वहाँ के कंकर बन जाते हैं मोती माँ। तेरा पुजारी संकट में घबराए क्यों, जिस पे तुम्हारा हाथ है वो दुख पाए क्यों। आज तुम्हारे भक्त जनों पे आए क्यों, जिस पे तुम्हारा हाथ है वो दुख पाए क्यों। छपी छपी गुराई मंगलवार
ਸੰਬੰਧਕ ਕਮੇਟੀ ਬਾਗਾ ਆਪਣਾ ਵੱਲੋਂ ਸ਼ਹਿਰ ਵਾਸੀਆਂ ਦੇ ਅਤੇ ਸ਼ਹਿਰ ਦੀਆਂ ਸਮੁੱਚੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਇਹ ਲੰਗਰ ਆਉਣ ਜਾਣ ਵਾਲੇ ਯਾਤਰੀਆਂ ਲਈ ਲਗਾਇਆ ਜਾ ਰਿਹਾ ਹੈ। ਸ਼ਮਨ ਦੇ ਧਰਮਸ਼ਾਲਾ ਵਿਖੇ ਲੰਗਰ ਦੇ ਨਾਲ ਨਾਲ ਰਹਿਣ ਦੀ ਵੀ ਕੀਤੀ ਗਈ ਹੈ, ਸਾਰੀ ਸਹੂਲਤ ਦਿੱਤੀ ਗਈ ਹੈ, ਦਵਾਈਆਂ ਦੀ ਦਿੱਤੀ ਗਈ ਹੈ ਔਰ ਮਹਾਮਾਰੀ ਪਾਲਕਰਪਾ ਨਾਲ ਇਹ ਲੰਗਰ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਇਆ ਕਰਕੇ ਪੱਕਾ ਲੰਗਰ ਸ਼ਹਿਰ ਦੇ ਸਹਿਯੋਗ ਨਾਲ। ਲੰਗਰ ਦੇ ਵਿੱਚ ਕੀ ਲੰਗਰ ਨਾਸ਼ਤਾ ਦੁਪਹਿਰ ਦਾ ਖਾਣਾ ਔਰ ਡਿਨਰ ਰਾਤ ਦਾ ਦਿੱਤਾ ਜਾ ਕੇ ਯਾਤਰੀਆਂ ਲਈ ਜਿਹੜਾ ਲੰਗਰ ਦੀ ਸਹੂਲਤ ਜਿਹੜੀ ਉਪਲਬਧ ਜੋ ਵੀ ਯਾਤਰੀ ਕਿਤੇ ਵੀ ਸਿੱਖ ਧਰਮ ਦੇ ਵਿੱਚ ਜਾਂ ਹਿੰਦੂ ਧਰਮ ਦੇ ਵਿੱਚ ਕਿਸੇ ਕੋਈ ਕਿਸੇ ਨੂੰ ਕੋਈ ਮਨਾਹੀ ਨਹੀਂ, ਕੋਈ ਯਾਤਰੀ ਇੱਥੇ ਆ ਸਕਦਾ, ਹਰ ਯਾਤਰੀ ਲਈ ਖੁੱਲ੍ਹਾ ਹੈ, 24 ਘੰਟੇ ਲੰਗਰ ਖੁੱਲ੍ਹਾ ਰਹੇ। ਸ਼ਹਿਰ ਵਾਸੀਆਂ ਨੂੰ ਸਾਡੀ ਬੇਨਤੀ ਇਹੀ ਹੈ ਕਿ ਵੱਧ ਤੋਂ ਵੱਧ ਇਹਦਾ ਸਹਿਯੋਗ ਕੀਤਾ ਜਾਵੇ ਔਰ ਲੰਗਰ ਜਾ ਕੇ ਸੇਵਾ ਕੀਤੀ ਜਾਵੇ, ਇਹੀ ਅਸੀਂ ਬੇਨਤੀ ਕਰਦੇ ਸ਼ਮਨਦਰ ਕਮੇਟੀ ਬਾਗਾ ਬਣਾ ਵੱਲੋਂ। ਸਾਰਿਆਂ ਨਾਲੋਂ ਪਹਿਲਾਂ ਤਾਂ ਫਾਇਦਾ ਸਾਨੂੰ ਮਹਾਮਾਈ ਦੀ ਸੇਵਾ ਕਰਕੇ ਸਾਡੇ ਮਨ ਨੂੰ ਸਕੂਨ ਮਿਲਦਾ। ਸਾਡੇ ਸ਼ਿਵ ਮੰਦਰ ਜੋ ਕਿ ਪ੍ਰਾਚੀਨ ਮੰਦਰ ਸ਼ਿਵ ਮੰਦਰ ਬਾਗਾ ਪੁਰਾਣਾ ਦੇ ਵਿੱਚ ਬਣਿਆ ਅਤੇ ਉਹਦੀ ਸਾਡੇ ਦੀ ਮੰਦਰ ਦੀ ਸੰਸਥਾ ਹੋਰ ਵੱਧਦੀ ਹੈ ਅਤੇ ਸ਼ਹਿਰ ਦਾ ਨਾਂ ਬਣਦਾ ਆਸੇ ਪਾਸੇ ਏਰੀਏ ਦੇ ਵਿੱਚ। ਇੱਥੇ ਜਦੋਂ ਵੀ ਲੋਕ ਇੱਥੋਂ ਲੰਘਦੇ ਹੈ ਮੰਦਰ ਦੇ ਵਿੱਚ ਰੁਕਦੇ ਹੈ ਤਾਂ ਬਾਗਾ ਪੁਰਾਣਾ ਸ਼ਹਿਰ ਦਾ ਨਾਂ ਜਿਹੜਾ ਉਹਦੇ ਨਾਲ ਉੱਚਾ ਹੁੰਦਾ। ਆਉਣ ਜਾਣ ਵਾਲੇ ਯਾਤਰੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਆਉਣ ਜਾਣ ਵਾਲੇ ਯਾਤਰੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹੈ ਕਿ ਜਦੋਂ ਵੀ ਲੰਘਦੇ ਹੈ ਬਾਗਾ ਪੁਰਾਣਾ ਸ਼ਹਿਰ ਮੰਦਰ ਦੇ ਵਿੱਚ ਲਾਜ਼ਮੀ ਰੁਕ ਕੇ ਜਾਣ, ਆਰਾਮ ਕਰਨ, ਭੰਡਾਰਾ ਛਕਣ, ਹਰੇਕ ਕਦੋਂ ਸ਼ਹਿਰ ਵਾਸੀ ਬਾਗਾ ਪੁਰਾਣਾ ਉਹਨਾਂ ਦੇ ਨਾਲ ਸਹੂਲਤ ਲਈ ਤਿਆਰ ਖੜਾ। ਕਿਸ ਦਿਨ ਤੱਕ ਜਿਹੜਾ ਹੈ ਲੰਗਰ ਚੱਲੇਗਾ? ਇਹ ਲੰਗਰ 5 ਤਰੀਕ ਤੱਕ ਚੱਲੂਗਾ ਜੀ। ਬਾਗਾ ਪੁਰਾਣਾ ਸ਼ਹਿਰ ਮੰਦਰ ਵਿੱਚ 15ਵਾਂ ਸਾਲਾਨਾ ਲੰਗਰ ਲੱਗ ਰਿਹਾ ਜੀ। ਸ਼ਹਿਰ ਦਾ ਸਹਿਯੋਗ ਹੈ ਜੀ, ਪੂਰੀਆਂ ਸੰਸਥਾਵਾਂ ਦਾ ਸਹਿਯੋਗ ਹੈ ਜੀ। ਲੰਗਰ ਅਟੁੱਟ ਚੱਲੇਗਾ 24 ਤਰੀਕ ਤੋਂ ਲੈ ਕੇ 5 ਤਰੀਕ ਤੱਕ।